ਮੋਗੇ 'ਚ ਇਸੇ ਮੁੱਦੇ ਨੂੰ ਲੈ ਕੇ ਵੱਡੀ ਰੈਲੀ ਵੀ ਰੱਖੀ। ਤਰਲੋਚਨ ਸਿੰਘ ਜੀ, ਗੱਲ ਇਹ ਹੈਗੀ ਆ ਕਿ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੀਆਂ ਮੰਗਾਂ ਰੱਖਣ ਦਾ, ਹਰ ਵਰਗ ਨੂੰ ਆਪਣਾ ਕਿਸੇ ਤਰ੍ਹਾਂ ਦਾ ਵੀ ਪ੍ਰੋਟੈਸਟ ਕਰਨ ਦਾ, ਧਰਨੇ ਲਾਉਣ ਦਾ ਇਜਾਜ਼ਤ ਦਿੰਦਾ ਆ। ਇਹ ਲੋਕਤੰਤਰ ਦਾ ਰੀੜ ਦੀ ਹੱਡੀ ਆ ਕਿ ਹਰ ਇੱਕ ਨਾਗਰਿਕ ਨੂੰ ਹੱਕ ਹੈ ਕਿ ਵੀ ਉਹ ਆਪਣੀ ਗੱਲ ਰੱਖੇ ਸ਼ਾਂਤਮਈ ਤਰੀਕੇ ਦੇ ਨਾਲ। ਲੇਕਿਨ ਜਿਵੇਂ ਆਪਣਾ ਪੰਜਾਬ ਦੇ ਵਿੱਚ ਕਿਸਾਨ ਘਰਾਓ ਕਰਕੇ ਕੈਂਡੀਡੇਟਸ ਦਾ ਉਹਨਾਂ ਨੂੰ ਸਵਾਲ ਪੁੱਛਦੇ ਆ ਜਾਂ ਉਹਨਾਂ ਦੇ ਨਾਲ ਬਦਤਮੀਜ਼ੀ ਕਰਦੇ ਆ, ਉਹ ਆਪਣਾ ਲੋਕਤੰਤਰਿਕ ਤਰੀਕਾ ਨਹੀਂ ਹੈ, ਉਹ ਆਪਣਾ ਸੰਵਿਧਾਨ ਦੇ ਮੁਤਾਬਕ ਨਹੀਂ ਹੈ। ਸੜਕਾਂ ਦੇ ਕਿੱਲ ਗੱਡਣੇ ਲੋਕਤੰਤਰ ਤਰੀਕਾ ਜਿਹੜਾ ਲੋਕ ਆਪਣਾ ਕਿੱਲ ਗੱਡਣ ਵਾਲੀ ਗੱਲ ਹੈਗੀ ਆ, ਉਹਦੇ ਵਾਸਤੇ ਪੰਜਾਬ ਦੀ ਜਿਹੜੀ ਬੀਜੇਪੀ ਆ ਉਹ ਜ਼ਿੰਮੇਵਾਰ ਨਹੀਂ ਹੈ। ਆਪਾਂ ਜੇ ਗੱਲ ਕਰੀਏ ਖੱਟੜ ਸਾਹਿਬ ਕਿਹਦੇ ਨੇ, ਖੱਟੜ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਸੀਐਮ ਰਹੇ ਹੈਗੇ ਆ, ਲੇਕਿਨ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਸੋ ਕਾਲਡ ਕਿਸਾਨ ਜਥੇਬੰਦੀਆਂ ਆ ਪ੍ਰੋਟੈਸਟ ਕਰ ਰਹੀਆਂ। ਸੋ ਕਾਲਡ ਕਹਿ ਰਹੇ ਜੇ ਕਿਸਾਨਾਂ ਨੂੰ ਬੜਾ ਗੁੱਸਾ ਲੱਗੂਗਾ, ਨਹੀਂ ਲੱਗੇਗਾ ਮੈਨੂੰ ਪਤਾ ਹੈਗਾ, ਕਿਉਂਕਿ ਜੇ ਕਿਸਾਨਾਂ ਦੇ ਹਿੱਤਾਂ ਦੀ ਇਹ ਰਖਵਾਲੀ ਕਰਨ ਵਾਲੀਆਂ ਜਥੇਬੰਦੀਆਂ ਹੁੰਦੀਆਂ ਤਾਂ ਇੱਕ ਜਥੇਬੰਦੀ ਹੋਣੀ ਸੀ। ਕਿਸੇ ਵੇਲੇ ਭਾਰਤੀ ਕਿਸਾਨ ਯੂਨੀਅਨ ਇੱਕ ਜਥੇਬੰਦੀ ਸੀ ਜਿਹਦਾ ਮੁਖੀ ਹੋਇਆ ਕਰਦਾ ਸੀ ਮਹਿੰਦਰ ਸਿੰਘ ਟਕੈਤ, ਤੇ ਆਪਣਾ ਜੇ ਅੱਜ ਇਹ ਚੌਧਰ ਦੀਆਂ ਭੁੱਖੀਆਂ ਜਥੇਬੰਦੀਆਂ ਆ ਸਾਡੇ ਨਾਲ ਕਿਸਾਨ ਨੇਤਾ ਵੀ ਬੈਠੇ, ਦੋਸ਼ ਲਾ ਰਹੇ। ਮੈਂ ਬਿਲਕੁਲ ਜ਼ਿੰਮੇਵਾਰ ਚੌਧਰ ਦੀਆਂ ਭੁੱਖੀਆਂ ਜੀ ਕਿਸਾਨ ਹੀ ਨਹੀਂ ਗੇ, ਮੈਂ ਕਿਸਾਨ ਨਹੀਂ ਸਮਝਦਾ, ਕਿਉਂ ਜਦੋਂ ਤੁਸੀਂ ਪੋਲੀਟੀਕਲੀ ਮੋਟਿਵ ਦੇ ਨਾਲ ਚੱਲੋਗੇ ਤਾਂ ਤੁਸੀਂ ਆਪਣਾ ਫਿਰ ਪੋਲੀਟਿਕਸ ਕਰ ਲਓ, ਇਲੈਕਸ਼ਨ ਲੜ ਲਓ। ਇਲੈਕਸ਼ਨਾਂ ਦੇ ਵਿੱਚ ਆ ਕੇ ਪਿਛਲੀ ਵਾਰੀ 2022 'ਚ ਦੇਖ ਲਿਆ ਇਹਨਾਂ ਨੇ, ਇਹਨਾਂ ਨੂੰ ਭੁਲੇਖਾ ਲੱਗਾ ਕਿ ਅਸੀਂ ਤਾਂ ਬੜੇ ਪਾਪੂਲਰ ਹੋ ਗਏ ਹਾਂ, ਅਸੀਂ ਤਾਂ ਮੋਦੀ ਜੀ ਨੂੰ ਝੁਕਾ ਲਿਆ, ਅਤੇ ਫਿਰ ਕੀ ਬਣਿਆ, ਕਿਸੇ ਦੀਆਂ 500 ਵੋਟਾਂ ਨਿਕਲੀਆਂ, ਕਿਸੇ ਦੀਆਂ 700 ਵੋਟਾਂ ਨਿਕਲੀਆਂ। ਗੱਲ 'ਤੇ ਅੰਗੂਠਾ ਦੇ ਕੇ ਲੋਕਾਂ ਤੋਂ ਉਗਰਾਹੀ ਕਰਕੇ ਇਹ ਆਪਣਾ ਜਥੇਬੰਦੀਆਂ ਚਲਾ ਰਹੇ ਹੈਗੇ ਆ। ਇੱਕ ਹੋਰ ਗੰਭੀਰ ਦੋਸ਼ ਲਾ, ਬਿਲਕੁਲ ਲਾ ਰਿਹਾ, ਮੈਂ ਜ਼ਿੰਮੇਵਾਰੀ ਨਾਲ ਲਾ ਰਿਹਾ, ਉਗਰਾਹੀ ਨਹੀਂ ਕਰਦੇ। ਮੈਂ ਕਹਿੰਦਾ ਜੀ ਉਗਰਾਹੀ ਕਰਦੇ ਆ, ਚੰਦਾ ਨਹੀਂ ਲੈਂਦੇ ਹੈਗੇ, ਕੋਈ ਆਪਣੀ ਮਰਜ਼ੀ ਨਾਲ ਦੇਵੇ ਉਹ ਚੰਦਾ ਹੈਗਾ ਕਿ ਜੀ ਸਾਡੇ ਹੱਕਾਂ ਦੀ ਰਾਖੀ ਕਰ ਰਿਹਾ ਕੋਈ। ਜਦੋਂ ਤੁਸੀਂ ਘਰ ਪਰਤੀ ਕਹਿ ਦਿੰਦੇ ਹੋ ਕਿ ਇੰਨੇ ਪੈਸੇ ਦੇਣੇ ਹੀ ਪੈਣੇ ਆ ਜਾਂ ਬੰਦਾ ਭੇਜੋ ਜਾਂ ਪੈਸੇ ਦਿਓ ਜਾਂ ਦੋਨੋਂ ਕਰੋ। ਮੋਗੇ 'ਚ ਇਸੇ ਮੁੱਦੇ ਨੂੰ ਲੈ ਕੇ ਵੱਡੀ ਰੈਲੀ ਵੀ ਰੱਖੀ। ਤਰਲੋਚਨ ਸਿੰਘ ਜੀ, ਗੱਲ ਇਹ ਹੈਗੀ ਆ ਕਿ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੀਆਂ ਮੰਗਾਂ ਰੱਖਣ ਦਾ, ਹਰ ਵਰਗ ਨੂੰ ਆਪਣਾ ਕਿਸੇ ਤਰ੍ਹਾਂ ਦਾ ਵੀ ਪ੍ਰੋਟੈਸਟ ਕਰਨ ਦਾ, ਧਰਨੇ ਲਾਉਣ ਦਾ ਇਜਾਜ਼ਤ ਦਿੰਦਾ ਆ। ਇਹ ਲੋਕਤੰਤਰ ਦਾ ਰੀੜ ਦੀ ਹੱਡੀ ਆ ਕਿ ਹਰ ਇੱਕ ਨਾਗਰਿਕ ਨੂੰ ਹੱਕ ਹੈ ਕਿ ਵੀ ਉਹ ਆਪਣੀ ਗੱਲ ਰੱਖੇ ਸ਼ਾਂਤਮਈ ਤਰੀਕੇ ਦੇ ਨਾਲ। ਲੇਕਿਨ ਜਿਵੇਂ ਆਪਣਾ ਪੰਜਾਬ ਦੇ ਵਿੱਚ ਕਿਸਾਨ ਘਰਾਓ ਕਰਕੇ ਕੈਂਡੀਡੇਟਸ ਦਾ ਉਹਨਾਂ ਨੂੰ ਸਵਾਲ ਪੁੱਛਦੇ ਆ ਜਾਂ ਉਹਨਾਂ ਦੇ ਨਾਲ ਬਦਤਮੀਜ਼ੀ ਕਰਦੇ ਆ, ਉਹ ਆਪਣਾ ਲੋਕਤੰਤਰਿਕ ਤਰੀਕਾ ਨਹੀਂ ਹੈ, ਉਹ ਆਪਣਾ ਸੰਵਿਧਾਨ ਦੇ ਮੁਤਾਬਕ ਨਹੀਂ ਹੈ। ਸੜਕਾਂ ਦੇ ਕਿੱਲ ਗੱਡਣੇ ਲੋਕਤੰਤਰ ਤਰੀਕਾ ਜਿਹੜਾ ਲੋਕ ਆਪਣਾ ਕਿੱਲ ਗੱਡਣ ਵਾਲੀ ਗੱਲ ਹੈਗੀ ਆ, ਉਹਦੇ ਵਾਸਤੇ ਪੰਜਾਬ ਦੀ ਜਿਹੜੀ ਬੀਜੇਪੀ ਆ ਉਹ ਜ਼ਿੰਮੇਵਾਰ ਨਹੀਂ ਹੈ। ਆਪਾਂ ਜੇ ਗੱਲ ਕਰੀਏ ਖੱਟੜ ਸਾਹਿਬ ਕਿਹਦੇ ਨੇ, ਖੱਟੜ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਸੀਐਮ ਰਹੇ ਹੈਗੇ ਆ, ਲੇਕਿਨ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਸੋ ਕਾਲਡ ਕਿਸਾਨ ਜਥੇਬੰਦੀਆਂ ਆ ਪ੍ਰੋਟੈਸਟ ਕਰ ਰਹੀਆਂ। ਸੋ ਕਾਲਡ ਕਹਿ ਰਹੇ ਜੇ ਕਿਸਾਨਾਂ ਨੂੰ ਬੜਾ ਗੁੱਸਾ ਲੱਗੂਗਾ, ਨਹੀਂ ਲੱਗੇਗਾ ਮੈਨੂੰ ਪਤਾ ਹੈਗਾ, ਕਿਉਂਕਿ ਜੇ ਕਿਸਾਨਾਂ ਦੇ ਹਿੱਤਾਂ ਦੀ ਇਹ ਰਖਵਾਲੀ ਕਰਨ ਵਾਲੀਆਂ ਜਥੇਬੰਦੀਆਂ ਹੁੰਦੀਆਂ ਤਾਂ ਇੱਕ ਜਥੇਬੰਦੀ ਹੋਣੀ ਸੀ। ਕਿਸੇ ਵੇਲੇ ਭਾਰਤੀ ਕਿਸਾਨ ਯੂਨੀਅਨ ਇੱਕ ਜਥੇਬੰਦੀ ਸੀ ਜਿਹਦਾ ਮੁਖੀ ਹੋਇਆ ਕਰਦਾ ਸੀ ਮਹਿੰਦਰ ਸਿੰਘ ਟਕੈਤ, ਤੇ ਆਪਣਾ ਜੇ ਅੱਜ ਇਹ ਚੌਧਰ ਦੀਆਂ ਭੁੱਖੀਆਂ ਜਥੇਬੰਦੀਆਂ ਆ ਸਾਡੇ ਨਾਲ ਕਿਸਾਨ ਨੇਤਾ ਵੀ ਬੈਠੇ, ਦੋਸ਼ ਲਾ ਰਹੇ। ਮੈਂ ਬਿਲਕੁਲ ਜ਼ਿੰਮੇਵਾਰ ਚੌਧਰ ਦੀਆਂ ਭੁੱਖੀਆਂ ਜੇ ਕਿਸਾਨ ਹੀ ਨਹੀਂ ਗੇ, ਮੈਂ ਕਿਸਾਨ ਨਹੀਂ ਸਮਝਦਾ,
ਕਿ ਜਦੋਂ ਤੁਸੀਂ ਪੋਲੀਟੀਕਲੀ ਮੋਟਿਵ ਦੇ ਨਾਲ ਚੱਲੋਗੇ ਤਾਂ ਤੁਸੀਂ ਆਪਣਾ ਫਿਰ ਪੋਲੀਟਿਕਸ ਕਰ ਲਓ, ਇਲੈਕਸ਼ਨ ਲੜ ਲਓ। ਇਲੈਕਸ਼ਨਾਂ ਦੇ ਵਿੱਚ ਆ ਕੇ ਪਿਛਲੀ ਵਾਰੀ 2022 'ਚ ਦੇਖ ਲਿਆ ਇਹਨਾਂ ਨੇ, ਇਹਨਾਂ ਨੂੰ ਭੁਲੇਖਾ ਲੱਗਾ ਕਿ ਅਸੀਂ ਤਾਂ ਬੜੇ ਪਾਪੂਲਰ ਹੋ ਗਏ ਹਾਂ, ਅਸੀਂ ਤਾਂ ਮੋਦੀ ਜੀ ਨੂੰ ਝੁਕਾ ਲਿਆ, ਅਤੇ ਫਿਰ ਕੀ ਬਣਿਆ, ਕਿਸੇ ਦੀਆਂ 500 ਵੋਟਾਂ ਨਿਕਲੀਆਂ, ਕਿਸੇ ਦੀਆਂ 700 ਵੋਟਾਂ ਨਿਕਲੀਆਂ। ਗੱਲ 'ਤੇ ਅੰਗੂਠਾ ਦੇ ਕੇ ਲੋਕਾਂ ਤੋਂ ਉਗਰਾਹੀ ਕਰਕੇ ਇਹ ਆਪਣਾ ਜਥੇਬੰਦੀਆਂ ਚਲਾ ਰਹੇ ਹੈਗੇ ਆ। ਇੱਕ ਹੋਰ ਗੰਭੀਰ ਦੋਸ਼ ਲਾ, ਬਿਲਕੁਲ ਲਾ ਰਿਹਾ, ਮੈਂ ਜ਼ਿੰਮੇਵਾਰੀ ਨਾਲ ਲਾ ਰਿਹਾ, ਉਗਰਾਹੀ ਨਹੀਂ ਕਰਦੇ। ਮੈਂ ਕਹਿੰਦਾ ਜੀ ਉਗਰਾਹੀ ਕਰਦੇ ਆ, ਚੰਦਾ ਨਹੀਂ ਲੈਂਦੇ ਹੈਗੇ ਕੋਈ, ਜੀ ਆਪਣੀ ਮਰਜ਼ੀ ਨਾਲ ਦੇਵੇ ਉਹ ਚੰਦਾ ਹੈਗਾ ਕਿ ਜੀ ਸਾਡੇ ਹੱਕਾਂ ਦੀ ਰਾਖੀ ਕਰ ਰਿਹਾ ਕੋਈ। ਜਦੋਂ ਤੁਸੀਂ ਘਰ ਵਰਤੀ ਕਹਿ ਦਿੰਦੇ ਹੋ ਕਿ ਇੰਨੇ ਪੈਸੇ ਦੇਣੇ ਹੀ ਪੈਣੇ ਆ, ਜਾਂ ਬੰਦਾ ਭੇਜੋ ਜਾਂ ਪੈਸੇ ਦਿਓ ਜਾਂ ਦੋਨੋਂ ਕਰੋ।